ਸਰਕਾਰਾਂ ਅਜਿਹੇ ਸਮੇਂ ਦੇ ਵਿੱਚ ਇਦਾਂ ਦੇ ਹਾਲਾਤ ਪੈਦਾ ਕਰਦੀਆਂ ਨੇ ਕਾਨੂੰਨ ਤੋਂ ਪਰੋਸਾ ਚੱਕ ਹੋ ਜਾਂਦਾ ਸਗਤ ਦਾ ਲੋਕਾਂ ਦਾ ਇਹ ਤਾਂ ਸਪੱਸ਼ਟ ਦੀ ਗੱਲ ਆ ਕਿ 26 ਜਨਵਰੀ ਦਾ ਜਿਹੜਾ ਮਾਹੌਲ ਬਣ ਰਿਹਾ ਵਾ ਉਸ ਮਾਹੌਲ ਨੂੰ ਤਾਰੂ ਪੀੜ ਕਰਨ ਵਾਸਤੇ ਵੀ ਲੱਗਦਾ ਕਿ ਇਹ ਕੀਤਾ ਜਾ ਰਿਹਾ ਹਾਂ ਠੀਕ ਹੈ ਜਾਵਾਂਗੇ ਜੀ ਬਿਲਕੁਲ ਜਿਹੜੇ ਸਵਾਲ ਕਰਨਗੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਵਾਂਗੇ ਜਿਹਨਾਂ ਕੋਲ ਡਾਊਟ ਆ ਉਹਨਾਂ ਦਾ ਡਾਊਟ ਕਲੀਅਰ ਕਰਾਂਗੇ ਤੁਹਾਨੂੰ ਅਜ ਮਾਇਆ ਦਿੱਤੀ ਹੋਈ ਹੈ ਸੰਗਤ ਨੇ ਉਸ ਮਾਇਆ ਦੀ ਦੁਰਵਰਤੋਂ ਨਾ ਕਰੋ ਤੁਸੀਂ ਤਾਂ ਬੈਠੇ ਹੋ ਬਾਹਰਲੇ ਮੁਲਕਾਂ 'ਚ ਇੱਥੇ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਪਰਚੇ ਪਵਾ ਕੇ ਮੁਲਕੇ ਬਾਤ ਨਹੀਂ ਪੁੱਛਦੇ ਜਿਹੜੇ ਸਿਕਵਰ ਜਿਸਟਿਸ ਕਰਕੇ ਹੋਏ ਨੇ ਤੇ ਕੀ ਇਹ ਜਿਹੜੀ ਜਥੇਬੰਦੀ ਬਣਾਈ ਹੋਈ ਹੈ ਇਹਨਾਂ ਨੇ ਇਹਨਾਂ ਨੇ ਕਿਸੇ ਦੀ ਪੈਰਵਾਹੀ ਕੀਤੀ ਆ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਦੂਸਰੇ ਪਾਸੇ ਐਨਆਈਏ ਵੱਲੋਂ ਬਲਦੇਵ ਸਿੰਘ ਸਰਸਾ ਅਤੇ ਕਈ ਸਿੱਖ ਜਥੇਬੰਦੀਆਂ ਨੂੰ ਨੋਟਿਸ ਭੇਜਿਆ ਗਿਆ ਉਸ ਬਰਬਤ ਸਾਣਾ ਗੱਲਬਾਤ ਕਰਨ ਲਈ ਤਿਆਰ ਹੈ ਪਰਮਜੀਤ ਸਿੰਘ ਅਕਾਲੀ ਜੀ ਅਕਾਲੀ ਜੀ ਨਾਲ ਗੱਲ ਕਰ ਲੈਣੇ ਆ ਅਕਾਲੀ ਜੀ ਲਗਾਤਾਰ ਹੀ ਜਿਹੜਾ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਦੂਸਰੇ ਬਨਾਈਏ ਵੱਲੋਂ ਜਿਹੜਾ ਵਾ ਤੁਹਾਨੂੰ ਨੋਟਿਸ ਕੀਤਾ ਗਿਆ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਵੀ ਕੀਤਾ ਗਿਆ ਬਲਦੇਵ ਸਿੰਘ ਸਰਸਾ ਨੂੰ ਵੀ ਕੀਤਾ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਵੇਖੋ ਬੜੀ ਸਿੱਧੀ ਤੇ ਸਪੱਸ਼ਟ ਜੀ ਗੱਲ ਆ ਕਿ ਜਦੋਂ ਕਿਸਾਨੀ ਮਸਲਾ ਇਦਾਂ ਹਾਈਲਾਈਟ ਹੋਇਆ ਹੋਵੇ ਇਦਾਂ ਹਾਲਾਤ ਬਣੇ ਹੋਣ ਉਸ ਸਮੇ ਇਦਾਂ ਧੜਾ ਧੜਾ ਨੋਟਿਸ ਆਉਣੇ ਖਾਸ ਕਰਕੇ ਪੰਥਕ ਸ਼ਕਸ਼ੇਤਾਂ ਨੂੰ ਪੰਥਕ ਨੌਜਵਾਨਾਂ ਨੂੰ ਜਿਹੜੇ ਸਵਾਵਾਵਾਂ ਕਰਦੇ ਨੇ ਗੁਰੂ ਗ੍ਰੰਥ ਗੁਰਪੰਥ ਦੀ ਗੱਲ ਕਰਦੇ ਨੇ ਉਹ ਕਿਤਨਾ ਕਿਤੇ ਬੜਾ ਮੰਦ ਭਾਗਾ ਜਾਇਆ ਵਾ ਕਿਉਂਕਿ ਸਰਕਾਰਾਂ ਦੇ ਉੱਤੇ ਪਹਿਲਾਂ ਹੀ ਭਰੋਸਾ ਜਿਹੜਾ ਵਾ ਉਹ ਆਮ ਸੰਗਤ ਦਾ ਆਮ ਲੋਕਾਂ ਦਾ ਚੱਕ ਹੋਇਆ ਪਿਆ ਤੇ ਜਦੋਂ ਇਦਾਂ ਦੇ ਹਾਲਾਤ ਪੈਦਾ ਕੀਤੇ ਜਾਂਦੇ ਨੇ ਮੈਨੂੰ ਲੱਗਦਾ ਤਲਖੀ ਵਾਲੇ ਮਾਹੌਲ ਪੈਦਾ ਹੁੰਦੇ ਨੇ ਜਿਹੜੇ ਸਰਕਾਰਾਂ ਦੇ ਵਾਸਤੇ ਮਾੜੇ ਨੇ ਮੰਦ ਭਾਗੇ ਨੇ ਦੇਸ਼ ਵਾਸਤੇ ਮਾੜੇ ਨੇ ਅਸੀਂ ਸ਼ੁਰੂ ਤੋਂ ਲੈ ਕਰਕੇ ਕੋ ਸਾਡੇ ਨੂੰ ਇਹ ਪੁਛਗਿਸ਼ਾਂ ਕੋ ਨਵੀਆਂ ਨਹੀਂ ਹੈਗੀਆਂ ਏਜੰਸੀਆਂ ਵੱਲੋਂ ਕੋ ਨਵਾਂ ਨਹੀਂ ਸੱਦਿਆ ਜਾ ਰਿਹਾ ਪਹਿਲਾਂ ਵੀ ਪੁਛਗਿਸ਼ਾਂ ਹੁੰਦੀਆਂ ਨੇ ਏਜੰਸੀਆਂ ਪਹਿਲਾਂ ਵੀ ਸਾਧੀਆਂ ਸੀ ਜਾ ਕੇ ਜਵਾਬ ਦੇਣੇ ਆ ਅਸੀਂ ਹਰ ਵੀ ਜਿਹੜਾ ਕਾਰਜ ਕਰਦੇ ਆ ਆਪਣਾ ਪੰਥਕ ਕਾਰਜ ਕਰਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਪ੍ਰਸ਼ਾਸਨ ਨੂੰ ਨਾਲ ਲੈ ਕਰਕੇ ਕਾਨੂੰਨੀ ਤਰੀਕੇ ਨਾਲ ਕੀਤਾ ਜਾਵੇ ਔਰ ਜਦੋਂ ਕਿਤੇ ਕਈ ਵਾਰੀ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਉਹਦੀ ਸਾਨੂੰ ਡਾਂਗ ਵੀ ਚੱਕਣੀ ਪੈਂਦੀ ਹੈ ਉਹ ਸਾਡਾ ਵੱਖਰਾ ਵਿਸ਼ਾ ਪਰ ਉਹਦੇ ਵਿੱਚ ਕੋਈ ਦੇਸ਼ ਦੇ ਰੋਧ ਕਾਰਵਾਈ ਨਹੀਂ ਕਰਦੇ ਕੋਈ ਦੇਸ਼ ਦੇ ਰੋਧ ਜਿਹੀ ਘਟਨਾ ਨੂੰ ਅੰਜਾਮ ਨਹੀਂ ਦੇਣ ਦੀ ਸੋਚਦੇ ਜਾਂ ਕਰਦੇ ਜਿਹਦੇ ਨਾਲ ਕੋਈ ਮਾਹੌਲ ਉਹਦਾ ਦਾ ਪੈਦਾ ਹੁੰਦਾ ਹੋਵੇ ਸੋ ਫਿਰ ਵੀ ਜੇਕਰ ਏਜੰਸੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੁੰਦਾ ਵਾ ਜਾਂ ਕਰੋ ਉਹਨਾਂ ਨੂੰ ਕੋਈ ਸ਼ੱਕ ਆ ਉਹ ਆਪਣਾ ਕਲੀਅਰ ਕਰਨ ਸਾਨੂੰ ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਹੈ ਕਿਸੇ ਜਾ ਕੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਜ਼ਰੂਰ ਦਵਾਗੇ ਲਗਾਤਾਰ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ 8 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਨੇ ਕੋਸ਼ਿਸ਼ ਕੀਤੀ ਜਾ ਰਹੀ ਦੂਸਰੇ ਬੰਨੇ ਤੋਂ ਬੰਨ੍ਹ ਦੀ ਵੀ ਕੋਸ਼ਿਸ਼ ਕੀਤੀ ਮੈਂ ਉਹੀ ਚੀਜ਼ ਕਹਿ ਰਿਹਾ ਨਾ ਕਿ ਜੇਕਰ ਸਰਕਾਰਾਂ ਅਜਿਹੇ ਸਮੇਂ ਦੇ ਵਿੱਚ ਇਦਾਂ ਦੇ ਹਾਲਾਤ ਪੈਦਾ ਕਰਦੀਆਂ ਨੇ ਕਾਨੂੰਨ ਤੋਂ ਪਰੋਸਾ ਚੱਕ ਹੋ ਜਾਂਦਾ ਸਕਤ ਦਾ ਲੋਕਾਂ ਦਾ ਕਿਉਂਕਿ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਮਸਲਾ ਜਿਹੜਾ ਵਾ ਉਹ ਬਣਿਆ ਹੋਇਆ ਵਾ ਕਿ ਇਨਸਾਨੀ ਅੰਦੋਲਨ ਕਿਹੜੇ ਕਗਾਰ ਤੇ ਖੜਿਆ ਵਾ ਇੰਨਾ ਸਮਾਂ ਹੋ ਗਿਆ ਇੰਨੀਆਂ ਮੀਟਿੰਗਾਂ ਹੋ ਗਈਆਂ ਲollipops ਵਾਲਾ ਸਿਸਟਮ ਬਣਿਆ ਪਿਆ ਤੇ ਜਦੋਂ ਅਜਿਹੇ ਹਾਲਾਤਾਂ ਦੇ ਵਿੱਚ ਖਾਸ ਕਰਕੇ ਉਹਨਾਂ ਲੋਕਾਂ ਨੂੰ ਸੰਮਲਣ ਹੋਣੀ ਜਿਹੜੇ ਲੋਕ ਜਿਹੜੇ ਨੇ ਉਸ ਕਿਸਾਨੀ ਅੰਦੋਲਨ ਦਾ ਹਿੱਸਾ ਨੇ ਤੇ ਦੂਸਰਾ ਪੰਥ ਦਾ ਪੰਥ ਦੇ ਕਾਰਜਾਂ ਦਾ ਹਿੱਸਾ ਨੇ ਕਿੰਨਾ ਕਿਤੇ ਹੋਰ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਵਾਲੀ ਗੱਲ ਆ ਸੰਗਤ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਜਿਹੜਾ ਵਾ ਉਹ ਰੋਜ਼ ਪ੍ਰਗਟ ਕਰ ਰਹੀ ਆ ਉਹਦੇ ਨਾਲ ਸਾਰਾ ਪਤਾ ਲੱਗ ਰਿਹਾ ਵਾ ਭਾਵਨਾਵਾਂ ਸੰਗਤ ਦੀਆਂ ਪਤਾ ਲੱਗਦੀਆਂ ਨੇ ਪਰ ਸਰਕਾਰਾਂ ਨੂੰ ਇਹ ਚਾਹੀਦਾ ਵਾ ਕਿ ਇਹੋ ਜਿਹੀ ਜੇ ਗੱਲ ਹੁੰਦੀ ਵੀ ਆ ਬੜੇ ਤਰੀਕੇ ਦੇ ਨਾਲ ਸੱਜੇ ਜੇ ਢੰਗ ਨਾਲ ਇਹਨਾਂ ਗੱਲਾਂ ਨੂੰ ਕੀਤਾ ਜਾਵੇ ਇਹਦਾ ਮਾਹੌਲ ਨਾ ਬਣਾਇਆ ਜਾਵੇ ਇਹ ਤਾਂ ਕਿ دہشت ਜੀ ਵਾਲਾ ਮਾਹੌਲ ਪੈਦਾ ਹੋ ਗਿਆ ਨਾ ਕਿਉਂ ਕੱਲ ਦਾ ਸੋਸ਼ਲ ਮੀਡੀਆ ਸੇ ਦੇਖ ਰਹੇ ਆ ਵਾਚ ਰਹੇ ਆ ਹੁਣ ਜਿਹਨਾਂ ਲੋਕਾਂ ਨੂੰ ਬੀਫਲੀ ਨਹੀਂ ਪਤਾ ਦੀਪਲੀ ਜੱਲ ਦਾ ਅਸਲੀ ਤਾਂ ਨਹੀਂ ਪਤਾ ਵੀ ਕਿਉਂ ਸੱਦਿਆ ਗਿਆ ਕਿਉਂ ਬੁਲਾਇਆ ਗਿਆ ਉੱਥੇ ਕੁਝ ਮਾਹੌਲ ਹੋਰ ਤਰ੍ਹਾਂ ਦਾ ਕ੍ਰੀਏਟ ਹੋ ਗਿਆ ਜਿਵੇਂ ਇਹ ਵੀ ਫੋਮ ਉਡੀਆਂ ਕਿ ਇਹਨਾਂ ਦੇ ਦੇਸ਼ਦਰੋਹ ਦੇ ਪਰਚੇ ਹੋ ਗਏ ਨੇ ਪਰ ਮੈਨੂੰ ਲੱਗਦਾ ਵਾ ਕਿ ਇੱਕ ਚੀਜ਼ ਜਿਹੜੀ ਸੀ ਸਰਕਾਰ ਨੂੰ ਬੜੇ ਸੱਚੇ ਟੰਗ ਨਾ ਕਰਨੀ ਚਾਹੀਦੀ ਸੀ ਜਿਹਦੇ ਨਾਲ ਸਰਕਾਰ ਦੇ ਉੱਪਰ ਜਿਹੜਾ ਲੋਕਾਂ ਦਾ ਭਰੋਸਾ ਕਾਨੂੰਨ ਦੇ ਉੱਤੇ ਉਹ ਬਣਿਆ ਰਹੇ। ਯੂਆਪਾ ਤਾਂ ਇਹ ਤਾਂ ਬੜੇ ਮਾਮਲੇ ਦਰਜ ਕੀਤੇ ਜਾ ਰਹੇ ਪੱਤਰਕਾਰਾਂ ਤੇ ਵੀ ਕੀਤੇ ਗਏ ਤੁਹਾਡੇ ਤੇ ਵੀ ਕੀਤੇ ਗਏ। ਲੱਗਦਾ ਨਹੀਂ ਆ ਕਿ ਸਿਰਫ ਇੱਕ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਜੋ ਕਿ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਹੋਣਾ ਸੀਗਾ ਉਹਨੂੰ ਕਿਸ ਤਰ੍ਹਾਂ ਕਿਸ ਤਰੀਕਾਂ ਤਾਰਪੀਟੋ ਕੀਤਾ ਜਾਵੇ। ਵੇਖੋ ਜਿਹੜੇ ਨੋਟਿਸ ਆਏ ਨੇ ਮੈਂ ਤੁਹਾਨੂੰ ਇੱਕ ਕਲੀਅਰ ਕਰ ਦਿਆਂ ਸ਼ਾਇਦ ਕਿਸੇ ਕਈਆਂ ਨੂੰ ਪਤਾ ਨਹੀਂ ਹੈਗਾ ਇਹ ਜਿਹੜਾ ਨੋਟਿਸ ਆਇਆ ਵਾ ਤੇ ਜਿਹੜਾ ਕੇਸ ਦੇ ਵਿਹਾਰ ਤੇ ਸੱਦਿਆ ਗਿਆ ਇਹ ਕੇਸ 2020 ਦੀ ਜਿਹੜੀ ਸਿੱਖ ਜਦੇ ਬੰਦੀ ਆ ਸਿੱਖ ਜਸਟ ਉਸ ਕੇਸ ਦੇ ਵਿਹਾਰ ਦੇ ਉੱਪਰ ਹੀ ਸਾਰਿਆਂ ਨੂੰ ਬੁਲਾਇਆ ਜਾ ਰਿਹਾ ਕੀ ਮੈਨੂੰ ਲੱਗਦਾ ਜੋ ਮੈਂ ਇਹ ਹੁਣ ਤੱਕ ਸੋਚਿਆ ਕਿ ਲੱਗਦਾ ਇਹ ਹੈ ਕਿ ਉਹਨਾਂ ਨੂੰ ਕੋਈ ਡਾਊਟ ਆ ਜਿਹੜਾ ਉਹ ਕਲੀਅਰ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਲੱਗਦਾ ਵਾ ਕੋਈ ਰੋਲ ਨਾ ਹੋਵੇ ਇਹਨਾਂ ਦਾ ਕਿਉਂਕਿ ਮਾਹੌਲੇ ਦਾ ਤਾਂ ਬਣਿਆ ਹੋਇਆ 26 ਜਨਵਰੀ ਦਾ ਸਾਰਿਆਂ ਨੇ ਐਲਾਨ ਕੀਤਾ ਹੋਇਆ ਵਾ ਜਾਂ ਦੇਸ਼ ਦੇ ਵਿੱਚ ਮਾਹੌਲ ਵੀ ਤਾਂ ਬਣਿਆ ਹੋਇਆ ਸੋ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਏਜੰਸੀਆਂ ਹੁੰਦੀਆਂ ਨੇ ਉਹ ਹਰ ਪੱਖ ਵਿਚਾਰਦੀਆਂ ਨੇ ਉਹ ਆਪਣਾ ਦੇਖਦੀਆਂ ਨੇ ਕਿ ਭਾਈ ਕਿਦਾਂ ਦਾ ਸਿਸਟਮ ਚੱਲ ਰਿਹਾ ਕਿਦਾਂ ਦਾ ਨਹੀਂ ਚੱਲ ਰਿਹਾ ਆਪਾਂ ਨਹੀਂ ਗਲਤ ਆਪਾਂ ਜਾਣਦੇ ਆ ਆਪਣਾ ਰੱਬ ਜਾਣਦਾ ਪਰ ਏਜੰਸੀਆਂ ਸਰਕਾਰਾਂ ਦੀ ਨਿਗਾਹ ਜਿਹੜੀ ਹੁੰਦੀ ਹੈ ਨਾ ਉਹ ਹਰ ਪਾਸੇ ਹੁੰਦੀ ਹੈ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਡਾਊਟ ਆ ਜਿਹੜਾ ਉਹ ਕਲੀਅਰ ਕਰਨਾ ਚ ਅਚਾਨਕ ਇਹ ਹਵੜਾ ਦਵੜੀ ਵਾਲਾ ਮਾਹੌਲ ਪੈਦਾ ਕਰਨਾ ਇਹ ਮਾੜਾ ਇਹ ਮੰਤ ਭਗਾ ਇਹ ਨਹੀਂ ਸੀ ਕਰਨਾ ਚਾਹੀਦਾ ਲੇਕਿਨ ਪੱਤਰਕਾਰ ਤੇ ਡੈਮੋਕ੍ਰੇਸੀ ਦਾ ਫੋਰਥ ਪਿਲਰ ਮੰਨਿਆ ਜਾਂਦਾ ਵਾ ਉਹਨਾਂ ਤੇ ਇਸ ਤਰ੍ਹਾਂ ਦੇ ਮਾਮਲੇ ਦਰਜ ਕਰਨਾ ਕਿ ਆ ਲੱਗਦਾ ਨਹੀਂ ਕਿ ਤਨਾ ਕਿਤੇ ਚਿੰਤਾ ਦਾ ਵਿਸ਼ਾ ਸਾਹਮਣੇ ਆ ਰਿਹਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਵਾ ਜੇਕਰ ਪੱਤਰਕਾਰ ਭਾਈਚਾਰੇ ਦੇ ਤਿੱਕੇ ਇਸ ਤਰ੍ਹਾਂ ਨਾਲ ਜਿਵੇਂ ਨੋਟਿਸ ਆਏ ਨੇ ਦੂਸਰਾ ਸਮਾਜ ਸੇਵੀਆਂ ਤੇ ਆਏ ਨੇ ਇੱਕ ਮਿੰਟੂ ਵੀਰ ਤੁਸੀਂ ਜਾਣਦੇ ਹੋ ਮਨੁੱਖਤਾ ਦੀ ਸੇਵਾ ਵਾਲਾ ਨਾ ਤਾਂ ਕੋਈ ਪੰਥਕ ਸਰਗਰਮੀ ਕਰਦਾ ਹੋ ਹਾਂ ਕਿਸਾਨੇ ਸੰਘਰਸ਼ ਵਿੱਚ ਉਹਦਾ ਰੋਲ ਹੈਗਾ ਤੇ ਸੇਵਾ ਉਹਨੂੰ ਵੀ ਬਾਹਰੋਂ ਬਹੁਤ ਆਉਂਦੀ ਹੈ ਕਿਉਂਕਿ ਸੇਵਾ ਦੇ ਵੇਖੋ ਜਿਹੜਾ ਵੀ ਜਥੇਬੰਦੀ ਸਮਾਜ ਸੇਵਕ ਇੱਥੇ ਸੇਵਾ ਕਰਦਾ ਸਪਸ਼ਟ ਰੂਪ ਦੇ ਵਿੱਚ ਸੰਗਤ ਦੇ ਪੈਸੇ ਨਾਲ ਹੀ ਹੁੰਦਾ ਤੇ ਜੇਕਰ ਸੰਗਤ ਦੇ ਪੈਸੇ ਦੀ ਕੋਈ ਦੁਰਵਰਤੋਂ ਕਰਦਾ ਉਹਦੇ ਵਾਸਤੇ ਕਾਨੂੰਨ ਆ ਕਾਨੂੰਨ ਆਪਣਾ ਕੰਮ ਕਰੇ ਅਸੀਂ ਬਿਲਕੁਲ ਨਹੀਂ ਰੋਕ ਸਕਦੇ ਨਾ ਰੋਕਦੇ ਹਾਂ ਨਾ ਰੋਕਣ ਦਾ ਹੱਕ ਆ ਪਰ ਜੇਕਰ ਕੋਈ ਸਵਾਵਾ ਕਰਦਾ ਵਾ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਦਾ ਵਾ ਉਹਨੂੰ ਇਤਨਾ ਸਾਮਨਿੰਗ ਹੁੰਦੀ ਆ ਤੇ ਫਿਰ ਮਾਹੌਲ ਹੋਰ ਤਰ੍ਹਾਂ ਦਾ ਪੈਦਾ ਹੁੰਦਾ ਬੇਪਰੋਸਗੀ ਜੀ ਪੈਦਾ ਹੁੰਦੀ ਆ ਜਿਹੜੀ ਮੰਦਪਾਗੀ ਆ ਦੀਪ ਸਿੱਧੂ ਅਤੇ ਉਹਨਾਂ ਦੇ ਭਰਾਤੇ ਵੀ ਜਿਹੜਾ ਵਾ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਗਈ ਆ ਉਹਨਾਂ ਨੂੰ ਵੀ ਸੱਦਿਆ ਗਿਆ ਉਹਨਾਂ ਨੂੰ ਵੀ ਸਾਮਨਿੰਗ ਹੋਈ ਆ ਕਿਸ ਤਰ੍ਹਾਂ ਵੇਖਦੇ ਹੋ ਇੱਕ ਬੰਨੇ ਦੀਪ ਸਿੱਧੂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਕਿਸਾਨ ਜਿੱਥੇ ਬੰਦੀਆਂ ਵੀ ਕਹਿ ਰਹੀਆਂ ਕਿ ਤੁਸੀਂ ਪਿਛੇ ਰੋ ਲੇਕਿਨ ਇਕਦਮੀ ਇਸਮਿੰਗ ਹੋਣਾ ਕਿ ਲੱਗਦਾ ਨਹੀਂ ਹੈ ਕਿ ਸਿਰਫ ਆਲੋ ਦਿਵਾਲੇ 26 ਤਰੀਕ ਦਾ ਹੀ ਜਿਹੜਾ ਰੋਲਾ ਹੈ ਕਿਉਂਕਿ ਪਿਛਲੇ ਦਿਨੇ ਵੀ ਕੱਲ ਵੀ ਜਿਹੜਾ ਸੀਗਾ ਕਾਂਗਰਸ ਦੇ ਵੀ ਕਈ ਲੀਡਰਾਂ ਨੂੰ ਉੱਥੋਂ ਜਿਹੜਾ ਸੀਗਾ ਜੰਤਰ ਮੰਤਰ ਉਠਾ ਦਿੱਤਾ ਗਿਆ ਕਿ ਲੱਗਦਾ ਨਹੀਂ ਕਿ ਉਸੇ ਉਸੇ ਲੜੀ ਦੇ ਤਹਿਤ ਹੀ ਸਾਰਾ ਕੁਝ ਚੱਲ ਰਿਹਾ ਹੈ ਮੈਨੂੰ ਵੈਸੇ ਲੱਗਦਾ ਇਹ ਹੈ ਜਿੰਨਾ ਕਿ ਬੁੱਧੀਜੀਵਿਆਂ ਦੀ ਅਸੀਂ ਹੁਣ ਤੱਕ ਗੱਲ ਸੁਣੀ ਹੈ ਜਿੰਨਾ ਕਿ ਅਨਲਿਸਿਸ ਕਰ ਰਹੇ ਹਾਂ ਇਹ ਤਾਂ ਸਪਸ਼ਟ ਦੀ ਗੱਲ ਆ ਕਿ 26 ਜਨਵਰੀ ਦਾ ਜਿਹੜਾ ਮਾਹੌਲ ਬਣ ਰਿਹਾ ਵਾ ਉਸ ਮਾਹੌਲ ਨੂੰ ਤਾਰੂ ਪੀੜ ਕਰਨ ਵਾਸਤੇ ਵੀ ਲੱਗਦਾ ਕਿ ਇਹ ਪਰ ਦੂਸਰਾ ਦੂਸਰਾ ਪੱਖ ਇਹ ਵੀ ਹੈ ਕਿ ਜੇ ਸਰਕਾਰਾਂ ਨੂੰ ਕੋਈ ਡਾਊਟ ਆ ਤੇ ਉਹ ਆਪਣਾ ਡਾਊਟ ਕਲੀਅਰ ਕਰਨਾ ਚਾਹੁੰਦੀਆਂ ਨੇ ਪਰ ਤਰੀਕਾ ਗਲਤ ਲੱਗਦਾ ਮੈਨੂੰ ਇਸ ਤਰ੍ਹਾਂ ਨਹੀਂ ਅਸੀਂ ਕਰਨਾ ਚਾਹੀਦਾ ਇਹ ਤਾਂ ਹਵੜਾ ਤਵੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਿਸ ਦੇ ਨਾਲ ਸਰਕਾਰਾਂ ਨੂੰ ਨੁਕਸਾਨ ਆ ਇਹ ਉਹਨਾਂ ਨੂੰ ਹੀ ਨੁਕਸਾਨ ਹੋਣਾ ਕਿਉਂਕਿ ਜੇ ਤੁਸੀਂ ਗਲਤੀਆਂ ਕਰਦੇ ਹੋ ਤੇ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਹੋ ਨਾ ਫਿਰ ਤੁਹਾਡੇ ਵਾਸਤੇ ਘਾਤਕ ਹੋ ਜਾਂਦੀਆਂ ਨੇ ਸੋ ਸਰਕਾਰਾਂ ਦੇ ਉੱਤੇ ਤਾਂ ਪਹਿਲਾਂ ਲੋਕ ਪ੍ਰੇਸ਼ਾਨੀ ਕਰ ਰਹੇ ਸਰਕਾਰਾਂ ਦੇ ਹਾਲਾਤ ਆਪਾਂ ਜਾਣੇ ਕਿਸ ਤਰ੍ਹਾਂ ਲੋਕਾਂ ਦਾ ਵਿਰੋਧ ਕੀਤਾ ਜਾ ਰਿਹਾ ਵਾ ਇਤੋਂ ਤੱਕ ਲੋਕ ਪਿੰਡਾਂ ਜਿੰਨੇ ਵੜਨ ਦੇ ਰਹੇ ਸ਼ਹਿਰਾਂ ਜ ਤੇ ਜਦੋਂ ਇਦਾਂ ਦਾ ਹਾਲਾਤ ਫੇਰ ਦੁਬਾਰਾ ਪੈਦਾ ਹੁੰਦੇ ਨੇ ਹੋਰ ਜ਼ਿਆਦਾ ਲੋਕਾਂ ਦਾ ਜਿਹੜਾ ਵਾ ਉਹ ਗੁੱਸਾ ਰੋਹ ਸਾਹਮਣੇ ਆਉਂਦਾ ਵਾ ਜਿਹੜਾ ਅੱਗੇ ਜਾ ਕੇ ਨੁਕਸਾਨਦਾਇਕ ਹੁੰਦਾ ਬਲਦੇਵ ਸਿੰਘ ਸਰਸਾਣਾ ਵਾਲਾ ਕਿਹਾ ਗਿਆ ਕਿ ਉਹਨਾਂ ਦੇ ਫੈਮਿਲੀ ਫੰਕਸ਼ਨ ਨੇ ਤੁਹਾਡਾ ਵੀ ਇੱਕ ਘਰ ਪਰਿਵਾਰਿਕ ਕੋਈ ਫੰਕਸ਼ਨ ਸੀਗਾ ਹੁਣ ਕੀ ਤੁਸੀਂ ਵੀ ਉੱਥੇ ਜਾ ਕੇ ਪੇਸ਼ ਹੋਵੋਗੇ ਆਪਣੀ ਜਿਹੜੀਆਂ ਗੱਲਾਂ ਪਤਾ ਜਿਹੜੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਜਾਂ ਆਪਣੀ ਜਿਹੜੀ ਰਿਪੋਰਟ ਹੈ ਉਹ ਕੀਤੀ ਜਾਏਗੀ ਨਹੀਂ ਬਿਲਕੁਲ ਜੀ ਅਸੀਂ ਉਹਨਾਂ ਨੂੰ ਵੈਸੇ ਰਿਕਵੈਸਟ ਕੀਤੀ ਸੀ ਪਹਿਲਾਂ ਕਿ ਮਜਬੂਰੀ ਆ ਪਰ ਉਹ ਕਹਿੰਦੇ ਸੀ ਕਿ ਨਹੀਂ ਜੀ ਤੁਹਾਨੂੰ ਆਉਣਾ ਪੈਗਾ ਉਹਨਾਂ ਨੇ 18 ਕਿਹਾ ਪਰ ਉਹ ਕਹਿੰਦੇ ਇਸ ਤੋਂ ਅੱਗੇ ਅਸੀਂ ਕਰ ਨਹੀਂ ਸਕਦੇ ਸਾਨੂੰ ਉੱਪਰੋਂ ਹੁਕਮ ਹੁੰਦਾ ਤੁਹਾਨੂੰ ਆਉਣਾ ਹੀ ਪੈਣਾ ਤੁਹਾਡਾ ਜਿੰਨਾ ਮਰਜ਼ੂ ਹਾਂ ਕੋਈ ਮੈਡੀਕਲ ਐਮਰਜੈਂਸੀ ਹੋਵੇ ਤੇ ਅਸੀਂ ਕਰ ਸਕਦੇ ਹਾਂ ਜੋ ਉਹਨਾਂ ਨੇ ਮੇਰੀ ਗੱਲ ਹੋਈ ਆ ਹਾਂ ਠੀਕ ਹੈ ਜਾਵਾਂਗੇ ਜੀ ਬਿਲਕੁਲ ਜਿਹੜੇ ਸਵਾਲ ਕਰਨਗੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਵਾਂਗੇ ਜਿਹਨਾਂ ਕੋਈ ਡਾਊਟ ਆ ਉਹਨਾਂ ਦਾ ਡਾਊਟ ਕਲੀਅਰ ਕਰਾਂਗੇ ਤੁਸੀਂ ਆਪਣੇ ਵਕੀਲ ਸਾਹਿਬ ਨਾਲ ਗੱਲ ਕਰ ਲਈ ਆ ਜੇ ਹੁਣ ਫਿਰ ਕਿਸ ਤਰ੍ਹਾਂ ਵਕੀਲ ਵੀ ਨਾਲ ਹੀ ਪੇਸ਼ ਹੋਣਗੇ ਕਿ ਤੁਸੀਂ ਨਾਲ ਜਾਓਗੇ ਵੱਖਰੇ ਫਿਲਹਾਲ ਅਸੀਂ ਆਪਣੇ ਵਕੀਲ ਸਾਹਿਬਾਂ ਨੂੰ ਦੱਸਤਾ ਵਾ ਜਿਹੜੇ ਸਾਡੇ ਵਕੀਲ ਨੇ ਉਹਨਾਂ ਨੇ ਸੀ ਦੱਸਤਾ ਸਾਰਾ ਵੀ ਆ ਪੈਰਾ ਉਹ ਸਾਨੂੰ ਦੱਸਿਆ ਉਹਨਾਂ ਨੇ ਕਿਤੇ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਤੁਸੀਂ ਜਾਓ ਜਿਹੜੇ ਉਹਨਾਂ ਨੂੰ ਕੋਈ ਸਵਾਲ ਨੇ ਉਹਨਾਂ ਦਾ ਜਵਾਬ ਦਿਓ ਜੇਕਰ ਕਿਸੇ ਤਰ੍ਹਾਂ ਦਾ ਆਪਣਾ ਰੋਲ ਹੀ ਨਹੀਂ ਹੈਗਾ ਗਲਤ ਚੀਜ਼ਾਂ ਨਾਲ ਤੇ ਸਾਡਾ ਕੋਈ ਰੋਲ ਨਹੀਂ ਹੈਗਾ ਗਲਤ ਬੰਦੇ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਸਾਨੂੰ ਡਰਨ ਦੀ ਵੀ ਕੋਈ ਲੋੜ ਨਹੀਂ ਹੋਣੀ ਚਾਹੀਦੀ ਲੇਕਿਨ ਕੀ ਤੁਸੀਂ ਸਮਝਦੇ ਹੋ ਕਿ ਪੰਨੂ ਵਰਗਿਆਂ ਨੂੰ ਬਾਹਰ ਇਸ ਤਰ੍ਹਾਂ ਦੇ ਜਿਹੜੇ ਬਿਆਨ ਦਿੱਤੇ ਹੁੰਦੇ ਨੇ 25000 ਡਾਲਰ ਜਾਂ 50000 ਡਾਲਰ ਦੇ ਦਿੱਤੇ ਜਾਣਗੇ ਕਿ ਆ ਲੱਗਦਾ ਨਹੀਂ ਉਹਨਾਂ ਨੂੰ ਥੋੜੀ ਠੱਲ ਪਾਉਣ ਦੀ ਵੀ ਜ਼ਰੂਰਤ ਹੈ ਤਾਂ ਜੋ ਕਿ ਤੁਸੀਂ ਅੰਮ੍ਰਿਤਸਰ 'ਚ ਬੈਠੇ ਹੋ ਪ ਗੱਲਾਂ ਉਹ ਕਰਦੇ ਨੇ ਮੈਂ ਜੇ ਤੁਸੀਂ ਮੇਰੀ ਨਿੱਜੀ ਸੋਚ ਦੀ ਗੱਲ ਕਰਦੇ ਹੋ ਤੇ ਮੈਨੂੰ ਲੱਗਦਾ ਇਹ ਬਿਲਕੁਲ ਗਲਤ ਆ ਪੈਸੇ ਦੇ ਕੇ ਲਾਲਚ ਦੇ ਕੇ ਪੰਥਕ ਆਜ ਨਹੀਂ ਹੁੰਦੇ ਹੁੰਦੇ ਜਿਵੇਂ ਮੈਂ ਸੁਣਿਆ ਉਹਨੇ ਐਲਾਨ ਕੀਤਾ ਕਿ ਜਿਹੜਾ ਝੰਡਾ ਚਲਾਊਗਾ ਉਹਨੂੰ ਪੈਸੇ ਤੇ ਜਾਣਗੇ ਇਹ ਬੜੀ ਹਾਸੇ ਵਾਲੀ ਨਹੀਂ ਜੀ ਗੱਲ ਆ ਬੜੀ ਮੂਰਖਤਾ ਭਰੀ ਗੱਲ ਆ ਵੇਖੋ ਸਿਵਾਵਾਂ ਅਮੇ ਤਾਂ ਦਿਲੋਂ ਹੁੰਦੀਆਂ ਹੁੰਦੀਆਂ ਨੇ ਪੰਥਕ ਜਿਹੜੀ ਕਾਰਜ ਹੁੰਦੇ ਨੇ ਦਿਲੋਂ ਹੁੰਦੇ ਹੁੰਦੇ ਨੇ ਲਾਲਚ ਨਾਲ ਥੋੜੀ ਕਾਰਜ ਹੁੰਦੇ ਨੇ ਮਾਇਆ ਨਾਲ ਨਹੀਂ ਹੁੰਦੇ ਨੇ ਜੇ ਤੁਹਾਨੂੰ ਅਜ ਮਾਇਆ ਦਿੱਤੀ ਹੋਈ ਹੈ ਸੰਗਤ ਨੇ ਉਸ ਮਾਇਆ ਦੀ ਦੁਰਵਰਤੋਂ ਨਾ ਕਰੋ ਤੁਸੀਂ ਤਾਂ ਬੈਠੇ ਹੋ ਬਾਹਰਲੇ ਮੁਲਕਾਂ 'ਚ ਇੱਥੇ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਪਰਚੇ ਪਵਾ ਕੇ ਮੁੜ ਕੇ ਬਾਤ ਨਹੀਂ ਪੁੱਛਦੇ ਕਿੰਨੇ ਕੇਸ ਆਪਾਂ ਦੇਖੇ ਨੇ ਜਿਹੜੇ ਸਿਕਵਰ ਜਸਟਿਸ ਕਰਕੇ ਹੋਏ ਨੇ ਤੇ ਕੀ ਇਹ ਜਿਹੜੀ ਜਥੇਬੰਦੀ ਬਣਾਈ ਹੋਈ ਹੈ ਨਾ ਨੇ ਇਹਨਾਂ ਨੇ ਕਿਸੇ ਦੀ ਪਰਵਾਹ ਕੀਤੀ ਆ ਉਨਾ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖਿਆ ਕਿ ਕੀ ਹਾਲਾਤ ਉਹਨਾਂ ਦੇ ਪਰਿਵਾਰਾਂ ਦੇ ਭੁੱਖੇ ਮਰ ਰਹੇ ਨੇ ਬੱਚੇ ਉਹਨਾਂ ਦੇ ਜਿਨ੍ਹਾਂ ਨੌਜਵਾਨਾਂ ਦੇ ਪਰਚੇ ਹੋਏ ਨੇ ਹਾਉ ਨੌਜਵਾਨ ਪੰਥਕ ਸੋਚ ਹੋਣ ਕੇ ਘਬਰਾ ਹੋ ਗਏ ਇਹਨਾਂ ਦੇ ਪਕਰ ਲੱਗ ਗਏ ਤੇ ਉਹਨਾਂ ਨੇ ਕਈਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਿਹੜੀਆਂ ਨਹੀਂ ਸੀ ਦੇਣੇ ਚਾਹੀਦੀਆਂ ਪਰ ਇਹਨਾਂ ਨੇ ਕੀ ਕੋਸ਼ਿਸ਼ ਕੀਤੀ ਕਿ ਉਹਨਾਂ ਨੌਜਵਾਨਾਂ ਦੀ ਬਾਤ ਪੁੱਛੀ ਜਾਵੇ ਕੋਈ ਕੁਝ ਕੋਈ ਜ਼ਿੰਮੇਵਾਰ ਵਿਅਕਤੀ ਅੱਗੇ ਲੱਗਦਾ ਵਾ ਤੁਸੀਂ ਕਿ ਮੀਡੀਆ ਪਰਸਨ ਕੰਮ ਕਰਦੇ ਹੋ ਤੁਹਾਡੇ ਜਿਹੜੇ ਸੀਨੀਅਰ ਨੇ ਜੇ ਤੁਹਾਨੂੰ ਕੋਈ ਨੁਕਸਾਨ ਹੋਊਗਾ ਤੁਹਾਨੂੰ ਚੱਲਣਗੇ ਨਾ ਸਾਹਮਣੇ ਤੇ ਜੇਕਰ ਤੁਸੀਂ ਕੋਈ ਕੰਮ ਸ਼ ਕਿਉਂ ਆਪਣੇ ਜਾਲ ਚ ਫਸਾਉਨੇ ਹੋ ਤੇ ਜੇ ਜਾਲ ਚ ਫਸਾਉਨੇ ਫਿਰ ਮਗਰ ਖੜੋ ਆ ਕੇ ਖੜ ਤੁਸੀਂ ਹੈਗੇ ਨਹੀਂ ਸੋ ਕਿਤੇ ਨਾ ਕਿਤੇ ਇਹ ਉਹਨਾਂ ਵਾਸਤੇ ਬੜੀ ਗਲਤ ਗੱਲ ਆ ਮੈਨੂੰ ਲੱਗਦਾ ਦੂਸਰਾ ਗੁਰਮਤ ਦੇ ਪੈਰੇ ਹੇਟ ਮੈਨੂੰ ਲੱਗਦਾ ਗੁਰਮਤ ਤੋਂ ਵੀ ਉਲਟ ਪੈਰਾ ਸਾਰਾ ਕੀਤਾ ਜਾ ਰਿਹਾ ਜਿਹੜਾ ਬੰਦਾ ਗਵਾਹੀ ਕਰ ਰਿਹਾ ਗੁਰਮਤ ਦਾ ਧਾਰਨੀ ਨਹੀਂ ਹੈਗਾ ਤੇ ਗੁਰੂ ਸਾਹਿਬ ਦਾ ਹੁਕਮ ਹੈ ਸਾਨੂੰ ਕਿ ਬਿਨਾਂ ਸ਼ਸਤਰ ਕੇਸ ਨਰੰਗ ਭੇੜ ਜਾਣੋ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਤੇ ਆਪਾਂ ਰਹਿਤ ਵਿੱਚ ਨਹੀਂ ਹੈਗੇ ਫਿਰ ਆਪਾਂ ਪੰਥ ਗੁਰ ਗ੍ਰੰਥ ਦੀ ਗੱਲ ਕਰ ਰਹੇ ਹਾਂ ਕਿਤੇ ਨਾ ਕਿਤੇ ਇਹ ਹੋਰ ਤਰ੍ਹਾਂ ਦੇ ਪੇਸ਼ ਕੀਤਾ ਜਾਂਦਾ ਪਰ ਚਲੋ ਆਪ ਆਪਣੀ ਸੋਚ ਆ ਕਿਸੇ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਹੱਕ ਨਹੀਂ ਹੈਗਾ ਸੇਵਾ ਕਰਨ ਦਾ ਪਰ ਜੇ ਤੁਸੀਂ ਅੱਗੇ ਲਾ ਕੇ ਤੁਰਦੇ ਹੋ ਫਿਰ ਜ਼ਿੰਮੇਵਾਰ ਵੀ ਬਣੋ ਇਦਾਂ ਦਾ ਮਾਹੌਲ ਨਾ ਬਣਾਓ ਕਿਸੀ ਲੋਕਾਂ ਦੇ ਪੁੱਤਾਂ ਨੂੰ ਜੇਲਾਂ ਚ ਬੰਦ ਕਰਾ ਕੇ ਆ ਬਾਹਰ ਮੁਲਖਾਂ ਚ ਬੈਠੇ ਹੋ ਉਹ ਸੋ ਐਸਨ ਪਰਮਜੀਤ ਸਿੰਘ ਕਾਲੀ ਜੀਣਾ ਨੂੰ ਐਨਆਈਏ ਵੱਲੋਂ ਜਿਹੜਾ ਆ ਸਮਨਿੰਗ ਜਿਹੜੀ ਹਾਲਾਂਕਿ ਰਜਾਨ ਹੋਣ ਦੇ ਕਾਰਨ ਉਹ ਨਹੀਂ ਜਾ ਸਕਦੇ ਸੀ ਲੇਕਿਨ ਹੁਣ 19 ਤਰੀਕ ਨੂੰ ਉਹ ਉੱਥੇ ਪੇਸ਼ ਹੋਣਗੇ ਤੇ 19 ਤਰੀਕ ਤੋਂ ਬਾਅਦ ਜਿਹੜਾ ਆ ਆਪਣਾ ਜਿਹੜਾ ਪੱਖ ਉਹ ਵੀ ਜ਼ਰੂਰ ਰੱਖਣਗੇ ਲੇਕਿਨ ਦੇਖਣਾ ਹੀ ਹੋਏਗਾ ਕਿ ਜੇ ਇੱਕ ਪੰਨੇ ਇੱਕ ਸਿਕੰਦਰ ਸਰਕਾਰ ਜਿਹੜੀ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਔਰ ਦੂਸਰੇ ਪਾਸੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਐਨਆਈ ਵੱਲੋਂ ਜਿਹੜੇ ਕੀਤੇ ਜਾਂਦੀਆਂ ਨੇ ਕੀ 26 ਤਰੀਕ ਦਾ ਜਿਹੜਾ ਅੰਦੋਲਨ ਹੈ ਕੀ ਉਹਨੂੰ ਤਾਰਪੀਟੋ ਕਰਨ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ ਲੇਕਿਨ ਕਿਤਨਾ ਕਿਤੇ ਇੱਕ ਵਾਰ ਫਿਰ ਤੋਂ ਜਿਹੜੀ ਹੈ ਦੋਹਰੀ ਨੀਤੀ ਜਿਹੜੀ ਆ ਉਹ ਕੇਂਦਰ ਸਰਕਾਰ ਅਪਣਾਉ ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ